ਬੱਚਿਆਂ ਨੂੰ ਅਸੀਂ ਲੱਗੇ ਪਏ ਆ। ਲਾਈਟ ਆਈ ਆ ਬਹੁਤ ਦਿਨਾਂ ਬਾਅਦ, ਇੱਦਾਂ ਦਾ ਮੀਂਹ ਪੈ ਰਿਹਾ ਜੀ, ਇੱਦਾਂ ਦਾ ਲਾਈਟ ਨਹੀਂ ਤੰਗ ਕੀਤਾ ਵਾ। ਆਪਾਂ ਇੱਧਰ ਜਿੱਥੇ ਸੈਲਰ ਆ ਉੱਥੇ ਲਾ ਰਹੇ ਆ ਜੀ ਰੀਮ, ਆਪਾਂ ਭਰ ਗਏ। ਬਾਕੀ ਉੱਧਰ ਲੰਬੇ ਆ ਜਿਹੜੇ ਬੰਨ ਨੂੰ ਲੱਗਦੇ ਆ ਖੇਤ, 3 ਕਿਲੋ ਉਰੇ ਰੇਤ ਵਾਲੀ ਜੀ ਆ ਥੋੜ੍ਹੀ ਜ਼ਮੀਨ ਆ, ਅਤੇ ਲੱਗੇ ਹੋਏ ਬਸ ਹੁਣ ਲਾਈਟ ਆ ਵੀ ਆਪਾਂ ਨੇ 2 ਦਿਨ ਚ ਲਾਉਣੀ ਪਨੀਰੀ ਦਾ ਤਿਆਰ ਆ। ਇੱਧਰ 1 ਕਿੱਲਾ ਬਾਈ ਉਹਦੇ ਨਾਲ ਨਾਲ ਉਹਦੇ ਆਪਣੇ 3 ਤੇ ਪਹਿਲਾਂ 2 'ਚ ਸੈਲਰ ਪੈ ਗਿਆ 1 ਕਿੱਲਾ ਹੈ। ਕੱਲ ਦੀ ਲਾਈਟ ਆਈ ਆ ਹੁਣ, ਨਹੀਂ ਨਹੀਂ ਕੱਲ ਆਈ ਨੀ, ਕੱਲ ਘੰਟਾ 2 ਘੰਟੇ ਆਈ, ਮਤਲਬ ਉੱਕਣ ਦਿੱਤੀ ਨੀ ਇੱਦਣ ਦੀ, ਮੀਂਹ ਜਾਂ ਪੈਣ ਲੱਗਿਆ 3-4 ਦਿਨ ਹੋ ਗਏ, ਇੱਕ ਹਵਾ ਚੱਲਦੀ ਆਪਣੇ ਰੂਲ ਕਰਕੇ ਮਾੜਾ ਮੋਟਾ ਮੀਂਹ ਨਾਲ ਪਾਣੀ ਪੂਰਾ ਹੋਈ ਜਾਂਦਾ, ਬਹਾਨਾ ਮਿਲ ਜਾਂਦਾ ਉਹਨਾਂ ਨੂੰ ਹੋਰ ਪਾਸੇ ਲਾਈਟ ਜਿਹੜੀ ਉਹਨਾਂ ਨੇ ਪੂਰੀ ਕਰਨੀ ਹੁੰਦੀ ਆ ਹੋਰ ਸਟੇਟਾਂ ਨੂੰ, ਉਹਦੇ ਵਾਸਤੇ ਉਹਨਾਂ ਨੂੰ ਮੌਜ ਲੱਗ ਜਾਂਦੀ ਆ। ਲਾਈਟ ਤੱਕ ਜਿੱਦਾਂ ਨਹੀਂ ਨਹੀਂ ਪੈਣ ਲੱਗੇ ਉਦਾਂ ਤੇ ਹੋਇਆ, ਉਦਾਂ ਤੇ ਆ ਨਹੀਂ ਪਹਿਲਾਂ ਤਾਂ ਇੰਨੀ ਮੌਜ ਆ, ਚੱਲ ਛੱਡਦੇ ਜਿਹੜੀ ਦਿਨ 'ਚ ਛੱਡਦੇ ਆ, ਅੱਗੇ ਮੰਗੋ ਨਹੀਂ ਹੈਗਾ ਵੀ ਐਂ ਰਾਤ ਨੂੰ ਆ ਜਾ ਕਦੇ 12 ਵਜੇ, ਸ਼ਿਫਟਾਂ ਕਰੀਆਂ ਹੋਈਆਂ ਆਪਣੇ 12 ਤੇ ਰਾਤ ਦੇ 8 ਵਜੇ ਤੱਕ, ਸਵੇਰ ਦੇ 4 ਵਜੇ ਤੇ ਲੈ ਕੇ 12 ਵਜੇ, ਉਹੀ ਕਹਿੰਦਾ ਮੈਂ ਅੱਗੇ ਤਾਂ 3 ਸ਼ਿਫਟਾਂ ਚ ਆਉਂਦੀ, 3 ਸ਼ਿਫਟਾਂ ਚ ਆਉਂਦੀ, ਹੁਣ 2 ਸ਼ਿਫਟਾਂ ਹੀ ਕਰੀਆਂ ਹੁੰਦੀਆਂ, 2 ਦਿਨ ਸਵੇਰ ਟਾਈਮ ਦਿੰਦੇ, 2 ਟਾਈਮ ਦੁਪਹਿਰ ਤੇ ਦਿੰਦੇ, ਦੁਪਹਿਰ ਦੇ 12 ਵਜੇ, ਅੱਜ 12 ਵਜੇ ਤੇ ਆਈ ਆ। 8 ਘੰਟੇ ਵੀ ਆਏ ਵੇ ਬਾਈ ਆਪਣੇ ਤਾਂ ਪਾਣੀ ਬਹੁਤ ਆ, ਹੋਈ ਜਾਂਦਾ ਹੈ 8-9 ਘੰਟੇ ਲਾਈਟ ਦੇ, 3 ਦਿਨ ਚਾਹੀਦਾ, 8 ਘੰਟੇ ਆਈ ਜਾਵੇ ਨਾ। ਆਹ 5 ਦੀ ਮੋਟਰ ਆ ਬਾਈ, ਦੇਖੋ ਕਈ ਏਰੀਆ ਚ ਬਾਈ ਕਹਿਣਗੇ 25-25-30 ਦੀਆਂ ਮੋਟਰਾਂ ਦੇਖ ਲਾ, ਹੈ 5 ਦੀ ਆ, ਆ 5 ਹਾਰਸ ਪਾਵਰ ਦੀ ਮੋਟਰ ਆ ਬਾਈ ਦੇਖ ਲਓ, ਜਿਹੜੀਆਂ ਦੂਜੀਆਂ ਮੋਟਰਾਂ ਆਪਣੀ ਉੱਧਰ 1 5 ਦੀ ਆ 1 7 ਦੀ ਆ, ਕਲਸੀ ਦੀਆਂ ਕਾਹਦੀਆਂ ਮੋਟਰ ਆਪਣੀਆਂ, ਟੈਕਸਮੋ ਦੀਆਂ ਮੋਟਰਾਂ ਬਾਈ, ਇਹ ਜੱਦੀਆਂ ਪਾਈਆਂ ਬਾਈ, ਕੱਢ ਕੇ ਮੁੜ ਕੇ ਦੇਖਣ ਨੂੰ ਲੋੜ ਨਹੀਂ ਬਾਈ, ਮੈਂ ਕਹਿੰਦਾ 15-15 ਸਾਲ ਹੋ ਗਏ, 20 ਸਾਲ ਇੱਕੇ ਖੂਬਰ ਵਾਲੀ ਹੋਈ ਆ, ਹਾਂ ਤਾਂ ਹੋ ਵੀ 20-20 ਸਾਲ ਗਏ, ਇਹ ਤੇ ਵੀ ਜ਼ਿਆਦਾ ਹੀ ਹੋ ਗਏ, ਕਨੈਕਸ਼ਨ ਲੱਗੇ ਨੂੰ ਹੋ ਗਏ ਹੁਣ 15 ਸਾਲ, ਹਾਂ ਇਹਦਾ ਕਨੈਕਸ਼ਨ ਪੂਰੇ ਪਹਿਲਾਂ ਬਾਈ ਜਨਰੇਟਰ ਨਾਲ ਆਉਂਦੇ ਹੁੰਦੇ ਤੇ, ਉਹਦੇ ਬਾਅਦ ਆਪਾਂ ਨੂੰ ਕਨੈਕਸ਼ਨ 92 ਦਾ ਭਰਿਆ ਵਾ, ਤਾਂ ਇਹ 92 ਦਾ ਕਨੈਕਸ਼ਨ ਭਰਿਆ ਵਾ, ਦੇਖ ਲੈ ਕਿੰਨੇ ਸਾਲਾਂ ਬਾਅਦ 15-15 ਸਾਲ ਬਾਅਦ ਆਇਆ, ਤਾਂ ਇਹ ਵੀ ਬਾਦਲ ਸਰਕਾਰ ਨੇ ਕਰਤੀ ਆ, ਹੁਣ ਤਾਂ ਝਾੜੂ ਸਰਕਾਰ ਕਰਦੀ ਆ, ਹਾਂ ਕੱਢਦੇ ਨੇ ਨਵੇਂ ਕਨੈਕਸ਼ਨ, ਨਵੇਂ ਕਨੈਕਸ਼ਨ ਤਾਂ ਬੰਦੇ ਕਰਦੇ ਨੇ, ਖੱਬੇ ਕਰਦੇ, ਸੁਣਿਆ ਹੀ ਨਹੀਂ ਕਿਸੇ ਨੇ ਹੁਣ ਤਾਂ ਵੀ ਕਨੈਕਸ਼ਨ ਮਿਲਿਆ ਕਿਸੇ ਨੂੰ, ਸਰਕਾਰ ਦੀ ਚੋਣਾਂ ਦੇ ਪਹਿਲਾਂ ਦਾ ਉਹ ਪਹਿਲਾਂ ਆਏ ਦਾ ਜ਼ਮੀਨਾਂ, ਹੁਣ ਗਾਂਹਾਂ ਜ਼ਮੀਨਾਂ ਤਾਂ ਹਰੇਕ ਕੋਲ ਘਟੀ ਜਾਂਦੀਆਂ, ਕਨੈਕਸ਼ਨ ਉੱਠੀ ਪਏ ਆ ਜਿੰਨੇ ਹੈਗੇ ਆ, 12-13 ਜਗ੍ਹਾ, ਹੁਣ ਜਿਹਦੇ ਕੋਲ ਸਮਝ ਲਓ 10 ਕਿੱਲੇ ਆ, ਉਹਦੇ ਬਾਅਦ 2 ਜਵਾਕ ਹੋ ਗਏ, 3 ਹੋ ਗਏ, 3 ਹਿੱਸਿਆਂ 'ਚ ਹੋ ਗਈ ਉਹ ਜ਼ਮੀਨ ਤਾਂ ਘਟੀ ਹੋ ਜਾਣੀ, ਜਿਹੜੇ ਲਵਾ ਕੇ ਫਾਇਦਾ ਚੱਕ ਕੇ ਪੈਸੇ ਤਾਂ ਜ਼ਰੂਰ ਲੱਗੇ ਜਾਂ ਸਾਡੇ 1,00,000-1,50,000 ਰੁਪਇਆ, ਸਕਿਉਰਿਟੀ ਆਪਾਂ ਨੇ 5,000 ਭਰੀ ਸੀ, ਮੈਨੂੰ ਇੰਨਾ ਪਤਾ ਸਕਿਉਰਿਟੀ 5,000 ਭਰੀ ਸੀ, ਬਾਅਦ ਜਾਂ ਲਵਾਇਆ ਤਾਂ ਜਲ ਲੱਗ ਗਿਆ 1,00,000-1,50,000, ਕਈ ਸਾਡੇ ਪਿੰਡ ਆ ਉਹਨਾਂ ਨੇ ਭਰੇ ਨਹੀਂ ਤੇ ਪੈਸੇ, ਉਹ ਕਹਿੰਦੇ ਲੈ ਉਹ ਵੀ ਇੰਨਾ ਖਰਚਾ ਕਾਹਦੇ ਲਈਏ ਅਸੀਂ, ਉਹਨਾਂ ਨੇ ਹਲੇ ਤੱਕ ਨਹੀਂ ਪਤਾਉਂਦੇ ਆ ਵੀ 1,00,000 ਰੁਪਇਆ ਹੀ ਦੇ ਦਿੰਦੇ, ਨਹੀਂ ਨਹੀਂ ਬੋਰ ਤਾਂ ਬਈ ਪੈਸੇ ਮੋੜ ਦਿੰਦਾ ਜਿੰਨੇ ਮਰਜ਼ੀ ਲੱਗੇ ਹੋਵੇ, ਉਹ ਠੇਕੇ ਵਾਲੀ ਆ 3 ਕਿੱਲੇ 2 ਕਿੱਲੇ
ਉਹ ਸਾਹਮਣੇ ਹੀ ਉਹਦੇ ਮੂੰਗੀ ਲਾਈ ਵੀ ਬਾਈ ਮੂੰਗੀ ਵਿੱਚ ਸੋਹਣੀ ਹੋ ਗਈ ਹੁਣ ਕੱਖ ਜ਼ਿਆਦਾ ਹੋ ਗਿਆ ਆਹੀ ਆ ਬਰਸਾਤਾਂ ਜੇ ਤੰਗ ਕਰਦੀ ਮੂੰਗੀ ਵੱਢਣ ਨੂੰ ਬਹੁਤ ਤੰਗ ਕਰਦੀ ਯਾਰ ਕੰਬਾਈਨਾਂ ਵੀ ਆਏ ਆ ਜੇ ਸੁੱਕੇ ਹੋਵੇ ਤਾਂ ਮੀਂਹ ਨੀ ਹਟਣਾ ਹੁਣ ਬਾਈ ਮੌਸਮ ਇੰਨਾ ਠੰਡਾ ਹੋਇਆ ਵਾ ਟੈਂਪਰੇਚਰ ਦੇਖੀ ਕਿੰਨਾ ਟੈਂਪਰੇਚਰ ਮੈਂ ਕਹਿੰਦਾ 30 ਤੇ ਥੱਲੇ 30 ਤੂੰ ਹੋਣਾ ਅੱਜ ਹੈਂ 30 30 ਆ 30 ਟੈਂਪਰੇਚਰ ਆ ਬਾਈ ਦੇਖ ਲਓ ਠੰਡ ਲੱਗਦੀ ਸੀ ਕੱਲ੍ਹ ਸ਼ਾਮ ਨੂੰ ਵਿਹੜੇ 'ਚ ਬਹਿ ਨਹੀਂ ਹੁੰਦਾ ਤਾਂ ਰਾਤ ਤਾਂ ਪੱਖਿਆਂ ਨਾਲੇ ਬਾਈ ਬਸ ਠੰਡ ਲੱਗਦੀ ਸੀ ਏਦਾਂ ਯਾਰ ਮੀਂਹ ਪਈ ਜਾਵੇ ਨਾ ਫਿਰ ਤਾਂ ਬਹੁਤ ਪਾਣੀ ਦੀ ਬਹੁਤ ਬੱਚਤ ਹੁੰਦੀ ਹੁਣ ਆਹ ਦੇਖ ਲਾ ਆਹ ਘੰਟੇ 'ਚ ਮੋਟਰ ਨੇ ਭਰਤਾ ਇੰਨਾ ਕੁ ਜਿੰਨਾ ਘੰਟਾ ਡੇਢ ਘੰਟਾ ਚੱਲਿਆ ਕਿੱਥੇ 3-4 ਘੰਟੇ ਲੱਗਣੇ ਤੇ ਗਿੱਲੇ ਹੀ ਹੋਈ ਜਾਵੇ ਨਾ ਖੇਤ ਹੁਣ ਚੁੱਕਣਾ ਉਹ ਗਿੱਲੇ ਹੋਏ ਵੇ ਆਪਣੇ ਟਾਈਮ ਨਹੀਂ ਲੱਗਣਾ ਉਹਨਾਂ ਨੂੰ ਭਰਨੇ ਨੂੰ ਥੱਲੇ ਲਾ ਦੀਏ ਬਾਈ ਤੂੰ ਮੈਂ ਝੱਲੀਆਂ ਮੋਟਰ ਚਲਾਇਆ ਲੈਟ ਆ ਗਈ ਨਾ ਠੀਕ ਉਹ ਬਾਈ ਨੱਕੇ ਦੱਬਦੇ ਤੇ ਆਪਾਂ ਉਹ ਥੈਲੇ ਲਿਆਂਦੇ ਵੇ ਤੇ ਬਾ ਇਹ ਤਾਂ ਤਿਆਰ ਆ ਪਾਣੀ ਪੈ ਗਿਆ ਕਿੱਲੇ 'ਚ ਪੂਰਾ ਉਹ ਥੱਲੇ ਵੱਟ ਪਾਈ ਤੀ ਗੁਆਂਢੀਆਂ ਦੇ ਨਾਲ ਉਦੋਂ ਚੋਈ ਜਾਂਦਾ ਨਾ ਛੋਟੀ ਵੱਟ ਪਾਈ ਤੀ ਉੱਥੇ ਉਹ ਰਹਿ ਗਿਆ ਥੋੜ੍ਹਾ ਜਿਹਾ ਬਾਕੀ ਦਾ ਕਰ ਦੇਣਾ ਕੱਦੂ ਪਾਣੀ ਅੱਜ ਬਾਈਆਂ ਨੂੰ ਪੁੱਛਣ ਵਾਲੇ ਕਿਆ ਕਹਿੰਦੇ ਇਹਦੇ ਬਾਈ ਬਾਜਰਾ ਤਾਂ ਆਪਣਾ ਇਹਦੇ ਇੱਦਾਂ ਦਾ ਵੱਢਣ ਵਾਲਾ ਬਾਜਰਾ ਮੈਂ ਕਹਿੰਦਾ 10-12 ਸਾਲ ਦਾ ਪੁਰਾਣਾ ਬਾਜਰਾ ਤਾਂ 8-10 ਸਾਲ ਤੋਂ ਵੀ ਕਿੰਨੇ ਆ ਦੇਖੋ ਬਾਈ ਇਹਦੀਆਂ ਆਹ ਜਮੋਆ ਏ ਇੱਕ ਜਾਮਣ ਹੁੰਦੀ ਇੱਕ ਜਮੋਆ ਹੁੰਦਾ ਜਿਹੜਾ ਛੋਟਾ ਛੋਟੀ ਛੋਟੀ ਹੁੰਦੀ ਹੈ ਕਟਾਨੂ ਜੇ ਨਮੋਲੀਆਂ ਵਰਗੇ ਉਹ ਜਮੋਆ ਇਹਦੀਆਂ ਜੜ੍ਹਾਂ ਦੇਖੋ ਕਿੱਥੇ ਤੱਕ ਆਈਆਂ ਵੀਆਂ ਸਾਰੇ ਖੇਤ 'ਚ ਜੜ੍ਹਾਂ ਇਹਦੀਆਂ ਕਿੰਨਾ ਪੁਰਾਣਾ ਹੋਣਾ ਤੁਸੀਂ ਇੰਨਾ ਅੰਦਾਜ਼ਾ ਲਾ ਲਿਆ ਜਿਹੜੀਆਂ ਇੰਨੀ ਦੂਰ ਤੱਕ ਜੜ੍ਹਾਂ ਆਈਆਂ ਇਹਦੀਆਂ ਇਹ ਮੁੱਕਣੀਆਂ ਨਹੀਂ ਜਿੰਨੀਆਂ ਮਰਜ਼ੀ ਪੱਟ ਲਓ ਇੱਦਾਂ ਹੀ ਹੁਣ ਜੇ ਕੱਦੂ ਹੋਊਗਾ ਜਿਹੜੀ ਉੱਤੇ ਉੱਤੇ ਆ ਗਈਆਂ ਚੱਕ ਦਾਂਗੇ ਆਹ ਜਿਹੜੇ ਵਿਹਲੇ ਪਏ ਬਾਈ ਆਪਣੇ ਉਹ ਆਏ ਖਾਲ ਕਰੀ ਵੀ ਆ ਸਾਫ ਸਪਰੇਅ ਵੀ ਮਾਰ ਗਿਆ ਤਾਂ ਸ਼ਾਇਦ ਜੱਗਾ ਕੀ ਦੇਖੋ ਆਹ ਮੌਸਮ ਇੱਦਾਂ ਰਵੇ ਮੀਂਹ ਕਣੀ ਫਿਰ ਤਾਂ 2-3 ਦਿਨ 'ਚ ਵਿਹਲੇ ਹੋ ਜਾਵਾਂਗੇ ਆਪਾਂ ਲਓ ਜੀ ਬਾਈ ਥੱਲੇ ਭਰ ਕੇ ਰੱਖਦੇ ਆਪਾਂ ਨੇ ਪਾਣੀ ਛੱਡਾਂਗੇ ਜਦੋਂ ਰੱਖ ਦਾਂਗੇ ਬਟੂਆ ਮਾਰ ਕੇ ਆਹ ਨੱਕਿਆਂ 'ਤੇ ਰੱਖਣੇ ਆਪਾਂ ਨੇ ਉਰੇ ਨੱਕੇ ਅਪ੍ਰੈਲੀ ਨੱਕੇ ਵੀ ਰੱਖਦੇ ਕਾਗਲ ਦੇ ਨਾਲ ਇੱਧਰ ਲਫਾਫਾ ਲਾਉਣਾ ਬਾਈ ਇਹਦੇ ਪਰ ਸਾਰਾ ਗਿੱਲਾ ਹੋਇਆ ਪਿਆ ਇੱਧਰ ਗੁਆਂਢੀਆਂ ਦੇ ਤਾਨੇ 'ਚ ਕੱਢ ਪਏ ਪਏ ਨਾ ਗਿੱਲਾ ਹੋ ਗਿਆ ਸਾਰਾ ਉੱਧਰ ਖਾਲ ਗਿੱਲੀ ਹੋਈ ਵੀ ਥੱਲੇ 'ਤੇ ਕਿਆ ਕਰੇ ਬੰਦਾ ਮੈਂ ਕਿਹਾ ਹੁਣ ਤਾਂ ਦੂਏ ਨੱਕੇ ਆਉਣ ਲੱਗ ਗਏ ਟੈਂਪਰੇਲੀ 'ਚ ਉਹਦੇ ਵਾਲੇ ਸਮਿੰਟ ਵਾਲੇ ਸਮਿੰਟ ਦੇ ਨੱਕੇ ਨੂੰ ਦੇਖਦਾ ਸਮਿੰਟ ਦੇ ਬਣੇ ਬਣਾਏ ਨਿੱਕੇ ਵਿੱਚ ਫੱਟੀ ਵਸਾ ਦੇ ਚੱਲ ਕਿਤੇ ਨਹੀਂ ਉੱਥੇ ਦੇ ਚੱਕਿਆ ਨਾ ਫੀਲਡ ਵਾਲਿਆਂ ਪਰ ਤੇ ਲਫਾਫਾ ਪਹਿਲੀ ਵਾਰ ਬਣਿਆ ਸੁੱਕੇ ਦਿਲ ਚਲਾਤਾ ਤਾ ਪਹਿਲਾਂ ਤਾਂ ਮੀਂਹ ਸ਼ੁਰੂ ਹੋ ਗਏ ਆਹ ਵੀ ਵੱਟਾ ਵੁੱਟਾ ਵਾਲਾ ਕੰਮ ਹਾਂ ਨੀਵਾਂ ਉਹ ਆਪਣਾ ਪਾਣੀ ਉੱਧਰ ਜਾਣਾ ਚਾਹੀਦਾ ਪਰ ਇਹਦੇ ਬਾਅਦ 'ਚ ਤਾਂ ਨਹੀਂ ਖੱਡ ਪੈਣੀ ਜੇ ਪਾਣੀ ਪੈ ਜਾਣਾ ਫਿਰ ਆਪਣੀ ਉਹ ਪੈਣੀ ਉੱਧਰ ਨੂੰ ਤਾਂ ਆਪਾਂ ਲਫਾਫਾ ਲਫਾਫਾ ਲਾਇਆ ਵਾ ਪਿਛਲੀ ਵਾਰ ਖੱਡ ਪਈ ਨਹੀਂ ਹੈਗੀ ਪਰ ਬਾਕੀ ਬਾਈ ਗਿੱਲੇ ਦਾ ਹੂੰ ਵੀ ਨੁਕਸਾਨ ਵੀ ਮੀਂਹ ਦਾ ਜਿੰਨੇ ਨੂੰ ਜੇ ਆਪਾਂ ਨਹੀਂ ਲਾਉਂਦੇ ਉਨੇ ਨੂੰ ਕੱਖ ਤੁਰ ਪੈਂਦਾ ਫਿਰ ਆਹ ਦੇਖੋ
ਮੀਂਹ ਪਈ ਜਾਂਦਾ ਕੱਖ ਹੋਈ ਜਾਂਦਾ ਦੇ ਹਾਂ ਉਹੀ ਕਹਿੰਦਾ ਮੀਂਹ ਦੇ ਨਾਲੇ ਜਾਂ ਤਾਂ ਕੱਦੂ ਹੋ ਜਾਵੇ ਫਿਰ ਤਾਂ ਫਾਇਦਾ ਚੱਲ ਭਰੀਏ ਧੁੱਪਾਂ ਨਿਕਲ ਗਈ ਬਾਈ 30 ਡਿਗਰੀ ਟੈਂਪਰੇਚਰ ਤਾਂ ਮੈਂ ਕਹਿੰਦਾ 35 ਗਿਆ ਹੋਣਾ ਇੱਕ ਲੱਖ 'ਤੇ ਚੱਲ ਲਓ ਜੀ ਬਾਈ ਚੱਲ ਰਿਹਾ ਕੱਦੂ ਡੈਡੀ ਕਰ ਰਿਹਾ ਕੱਦੂ ਰੂਟਾਵੇਟਰ ਨਾਲ ਬਸ 2 ਕੁ ਸਿਆਟ ਰਹਿ ਗਏ ਬਾਕੀ ਆ ਛੋਟੀ ਕਿਆਰੀ ਦਾ ਵੀ ਕਰਤਾ ਇੱਧਰ ਲੰਬੇ ਦਾ ਵੀ ਖੇਤ ਆਪਣਾ ਲੰਬਾਈ 'ਚ ਜ਼ਿਆਦਾ ਏ ਅਤੇ ਚੜ੍ਹਾਈ 'ਚ ਘੱਟ ਆ ਇਹ ਪਾਣੀ ਬਾਈ ਜ਼ਿਆਦਾ ਵਿੱਚ ਕਰੇ ਤਾਂ ਕੱਦੂ ਨਜ਼ਾਰਾ ਆਉਂਦਾ ਏ ਜੇ ਪਾਣੀ ਘੱਟ ਹੋਵੇ ਫਿਰ ਤਾਂ ਟੱਗੀਆਂ ਪਈ ਜਾਂਦੀਆਂ ਟੱਗੀਆਂ ਦੇਖੀ ਜਾਂਦੀਆਂ ਬਾਈ ਹੁਣ ਪਾਣੀ 'ਚ ਪੂਰਾ ਫੁੱਲ ਭਰਿਆ ਹੋਇਆ ਆਪਾਂ ਨੇ ਉਹ ਵੱਟ ਲਿਪਤੀ ਉਹ ਉੱਧਰ ਤਾਂ ਆਪਾਂ ਨੇ ਉਹ ਗੰਨੇ ਲਾ ਕੇ ਲਿਫਾਫਾ ਲਾਤਾ ਤਾ ਬਾਕੀ ਐਂ ਲੱਗਦਾ ਵੀ ਜਿੱਕਣਾ ਜੀ ਉਹ ਲੈਵਲ ਕਰਿਆ ਹੁੰਦਾ ਲੈਵਲ ਆਪਣੇ ਪਿਛਲੇ ਸਾਲ ਕਰਾਇਆ ਤਾ ਬਾਈ ਇਹ ਪਾਣੀ ਜ਼ਿਆਦਾ ਕਰਕੇ ਜਾਂ ਪਾਣੀ ਘੱਟ ਹੋ ਗਿਆ ਫਿਰ ਪਤਾ ਲੱਗਦਾ ਖੇਤ ਦਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਫਿਰ ਟੱਗੀਆਂ ਨਿਕਲ ਜਾਂਦੀਆਂ ਅਤੇ ਹੋ ਚੱਲਿਆ ਕੱਦੂ ਬਸ ਅਤੇ ਝੱਲੀਆਂ ਵੀ ਚੱਲਦੀ ਮੋਟਰ ਦੇਖਦੇ ਹਾਂ ਜੇ ਉੱਧਰ ਵੀ ਭਰ ਗਿਆ ਉੱਧਰ ਵੀ ਅੱਜ ਕੱਦੂ ਕੱਢਣ ਅਤੇ ਨਹੀਂ ਸਵੇਰੇ ਲੈਟ ਆਉਣੀਆਂ ਸਵੇਰੇ ਭਈਆਂ ਦੇ ਕਰ ਦੂੰਗੇ ਜਾਨੂੰ ਆਹ ਖੇਤ ਲਾਉਣਾ ਆਪਣਾ ਅਤੇ ਦੂਆ ਕਰ ਦੂੰਗੇ ਆਪਾਂ ਜਾਨੂੰ ਕੱਦੂ ਸਤਿ ਸ਼੍ਰੀ ਅਕਾਲ ਜੀ ਖਾਲ ਫਿਰ ਤਾਂ ਰਹਿ ਗਈ ਹੈ ਅੱਧੀ ਕੁ ਖੁਰਚ ਹੋਈ ਹੈ ਹੁਣ ਤੂੰ ਜਿੱਕਣ ਕਹਿੰਦਾ ਬਾਅਦ ਇਹਨੂੰ ਉਹੀ ਕੰਮ ਹੋਇਆ ਪਹਿਲੇ ਦੱਬ ਹੁਣ ਗਾਹਾਂ ਦੇ ਗਾਹਾਂ ਨੇ ਪਾਣੀ ਜਾਈ ਗਈ ਇਹਦੇ ਕਿਤੇ ਵੱਤ ਆਈ ਉਦਣੇ ਕੇ ਸੁੱਕ ਖੁਰਚ ਹੋਣੀ ਹੈ ਉਹ ਖੰਭੇ ਤੱਕ ਵਾ ਲੈਣੀ ਬਾਕੀ ਉਹ ਕਰ ਲੈਣਾ ਆਪਾਂ ਨੇ ਪਰਾਂ ਪਰਾਂ ਵਾ ਦੀ ਵਾ ਵਾਹੁਣੀ ਕਾਹਤੇ ਜਾਂ ਫਿਰ ਉਹਦੇ ਵਿੱਚ ਫੇਰ ਪਾਊਂਗਾ ਕੱਚੀ ਖਾਲ ਹੈ ਕਾਹਦੇ 'ਚ ਕਣਕ 'ਚ ਕਣਕ 'ਚ ਤਾਂ ਐਂ ਪਾ ਦੂੰਗੇ ਲੰਬੇ ਕਿਆਰੇ ਅੱਛਾ ਲੰਬੇ ਪਾ ਲਾ ਜਿੱਦਾਂ ਨੂੰ ਕਰਾ ਹੋਇਆ ਲੋਟ ਕਰਾ ਉੱਧਰ ਨੂੰ ਨਾ ਪਾਈਆਂ ਉਹ ਤਾਂ ਆਹ ਖੇ ਦੂਚਾ ਬਾਕੀ ਨੀਵੇਂ ਹੀ ਪਰਾਂ ਪਏ ਹੁਣ ਇਹ ਖਾਲ ਥੋੜੋ ਛੇੜਨੀ ਹੈ ਖਾਲ ਨਾਲ ਨਾ ਪੰਗਾ ਲੈ ਲਈ ਖਾਲ ਬਾਲਣੀ ਪਰਾਂ ਪਰਾਂ ਨਾ ਬਾਲਣੀ ਆ ਉਹ ਖੰਭੇ ਥਾਈ ਜੋ ਜਿਹੜੇ ਖੁਰਚ ਦਾ ਉਹ 2 ਕਿਆਰੇ ਨੂੰ ਫਿਰ ਵਿੱਚੋਂ ਵਿੱਚ ਛੱਡ ਲਈ ਇੱਥੇ ਥਾਈ 2 ਚੱਲੀ ਜਾਣ ਤਿੰਨ ਨੂੰ ਚੱਲੀ ਜਾਣ ਇੱਕ ਕਿਆਰੇ ਛੇੜਨਾ ਥੱਲਣ ਵਾਹੁਣੇ ਨੂੰ ਫਿਰ ਕੱਚੀਆਂ ਖਾਲਾਂ ਫਿਰ ਪਾਈ ਆ ਨਾ ਖੜਦੇ ਹੀ ਨਾ ਖੜਾਉਂਦੇ ਰਹਿਤਾ ਹੈਗਾ ਹਾਂਜੀ ਅੱਖੇ ਦੂਚਾ ਬਾਈ ਬਾਕੀ ਨੀਵੇਂ ਨੀਵੇਂ ਆ ਉਹ ਪਰਾਂ ਤੱਕ ਮੈਂ ਕਿਹਾ ਵੀ ਇੱਧਰ ਥੱਲੇ ਦੱਬਾ ਇੱਕ ਇੱਧਰ ਇੱਕ ਪਰਲੀ ਸਾਈਡ ਪਾਣੀ ਉਹ ਪਰਾਂ ਤੱਕ ਚੱਲ ਬਰਾਬਰ ਆ ਪਿਛਲੇ ਸਾਲ ਕਰਾਏ ਉਹ ਲੇਜਰ ਲੇਜਰ ਕੱਲੇ ਕੱਲੇ ਡੋਰੂ ਕਰਾਏ ਪਏ ਆ ਅੱਧੇ ਦੇ ਕੀ ਲੇਜ ਹਾਂ ਡੋਰੂ ਕਿਆ ਕਹਿੰਦੇ ਆ ਡੋਰੂ ਆ ਕਹਿੰਦੇ ਉਹਨੂੰ ਕਿਆ ਕਹਿੰਦੇ ਫਿਰ ਕਿਉਂ ਡੋਰੂ ਵੀ ਅੱਧੇ ਦੇ ਕੀਲੇ ਦੇ ਬਣਾਏ ਪਏ ਉਹ ਬੜਾ ਲਿਬੜਿਆ ਲਿਬੜਿਆ ਬੜਾ ਲਿਬੜਿਆ ਕੱਦੂ ਨਹੀਂ ਕਰਿਆ ਕੱਦੂ ਕਰਤਾ ਪੀਲੇ ਦਾ ਹੋ ਗਿਆ ਉੱਧਰ ਭਰ ਗਿਆ ਝੱਲੀਆਂ ਝੱਲੀਆਂ ਭਰ ਗਿਆ ਆਊਂਗਾ ਇਹਨੂੰ ਪਾਣੀ ਛੱਡ ਇਹਨੂੰ ਕੱਦੂ ਮੋਟਰ ਚਲਾ ਲੈਣੀ ਸਾਰੀ ਰਾਤ ਚੱਲੀ ਜਾਵੇ ਅੱਧੀ ਹਾੜ ਦੇ ਉੱਪਰ ਲੱਗ ਗਿਆ ਲਾਉਣੇ ਕਾ ਤਾਂ ਥਾਉਣ 'ਚ ਜਾ ਕੇ ਤੂੰ ਤਾਂ ਘਰਾਂ ਬੈਠਾ ਰਹਿੰਦਾ ਕਿ ਤੂੰ ਤਾਂ ਘਰਾਂ 'ਤੇ ਆਉਂਦਾ ਨਹੀਂ ਖੇਤ 'ਚ ਬਈਆਂ ਨੇ ਥੋੜ੍ਹੇ ਨੇ ਹਫ਼ਤਾ ਹੋ ਗਿਆ ਗਾਹ ਪਾਇਆ ਨੂੰ
ਅੱਜ ਕੀ ਹਮਾਸ ਵਾਲੇ ਪੱਟੋ ਨਹੀਂ ਮਖਾ ਹੋਰ ਤੇ ਰਵਾ ਲੈਣੇ ਨਿਬੜਦੇ ਹੀ ਨਹੀਂ ਕਦੇ ਕਿਸੇ ਦੇ ਕਦੇ ਕਿਸੇ ਦੇ ਗਾਂ ਤੇ ਗਾਂ ਫੜੀ ਜਾਂਦੇ ਲਾਲਚ ਥਾਲਾ ਇਹਨਾਂ ਉਹਨਾਂ ਨੂੰ ਹੈਗਾ ਵੀ ਆਪਣੇ ਇਹਨੂੰ ਖੜਾ ਲਓ ਹਾਂ ਖੜਾ ਲਓ ਅਗਲਾ ਖੜਦਾ ਅਸੀਂ ਖੜਨਾ ਅਸੀਂ ਵੀ ਨਹੀਂ ਖੜਨਾ ਹੈਗਾ ਕੱਲੂ ਚੱਲੀਆਂ ਵੀ ਕਰ ਦੇਣਾ ਕੱਲੂ ਕੱਦੂ ਅੱਜ ਤਾਂ ਕਹਿ ਤਾ ਮਹਾਂ ਪਨੀਰੀ ਪਟਣੀਆਂ 'ਚ ਪੜ ਲਓ ਨਹੀਂ ਕੱਦੂ ਕੱਲ ਨੂੰ ਹੋਰ ਤੇ ਪਟਾਊਂਗਾ ਬਈਏ ਦਾ ਕਰਦੇ ਨੱਟੇ ਬਈਏ ਹੋ ਗਏ ਵਿਹਲੇ ਹੋਰ ਪਾਲਟੀਆਂ ਪਾਲਟੀਆਂ ਹੋਣੀਆਂ ਨਾਲੇ ਇਕੱਠਾ ਕੰਮ ਮਿਲਦਾ ਇਕੱਠਾ ਕੰਮ ਕਿੱਥੇ ਕੱਟਣਾ ਕੀਲੇ ਇਕੱਠੇ ਮਿਲ ਜਾਣੇ ਤੇ ਕੀਲੇ ਕੀਲੇ ਵਧਾਉਂਦੇ ਫਿਰਦੇ ਪਏ ਬਾਈ ਆਪਣੇ ਹਲੇ 9 ਕਿੱਲੇ ਲੱਗ ਗਏ 5-6 ਕਿੱਲੇ ਪਏ ਹਲੇ ਇਹ ਤੇ 7 ਪਏ ਆ ਇਹ 6 ਤੇ ਵੀ 7 ਪਏ ਆ ਚਰੀ ਵਾਲਾ ਵੇਲਾ ਹੋ ਗਿਆ ਉੱਚ ਵੀ ਲਾ ਲੈਣੇ ਉਹੀ ਕਹਿੰਦੇ 7 ਕਿੱਲੇ ਪਏ ਹਲੇ 9 ਕਿੱਲੇ ਲੱਗੇ ਹਲੇ ਬਾਕੀ ਆ ਇੱਧਰ ਕੱਖ ਤਾਂ ਬਾਈ ਆ ਖਾਲ ਵਾਲਾ ਇਹ ਗਿੱਲਾ ਜਿਹਾ ਹੋਈ ਆ ਤਾਂ ਤੇ ਆਪਾਂ ਨੇ ਸਕੰਜੇ 'ਚ ਲੱਤ ਲੈਣਾ ਉਹ ਬਾਹਰ ਸੁੱਟ ਦੇਣਾ ਇਹ ਸੁੱਕਦਾ ਨਹੀਂ ਹੈ ਕੱਖ ਲੱਦਣੇ ਉਹਨਾਂ ਨੇ ਸਕੰਜੇ ਜਾ ਮੈਂ ਪਹਿਲਾਂ ਚੱਲ ਜਾਨੂੰ ਵੱਢ ਲਾ ਤੂੰ ਆਹ ਕੰਮ ਕਰ ਲਈ ਅਸੀਂ ਨਹੀਂ ਪੱਲੀਆਂ ਚ ਪਾਉਣਾ ਪੈਣਾ ਤਾਂ ਜੜਾਂ ਬਹੁਤ ਆ ਬਾਈ ਜਮੋਏ ਦੀਆਂ ਬਹੁਤ ਪੁਰਾਣਾ ਹੋਣਾ ਡੈਡੀ ਹੈ ਨਾ ਪੁਰਾਣਾ ਦਰਖਤ ਆ ਬਹੁਤ ਆਪੇ ਆ ਦੇਖੋ ਜੜਾਂ ਬਾਈ ਉਹ ਤੱਕ ਜੜਾਂ ਹੈ 20 ਫੁੱਟ 25 ਫੁੱਟ ਜੜਾਂ ਹੋਣੀਆਂ ਪਈਆਂ ਦੂਰ ਤੱਕ ਆ ਬਹੁਤ ਸਾਰੀ ਜੜੇ ਪਈ ਆ ਜੜੇ ਆ ਕੀਤੀ ਵਾਹ ਹੋਇਆ ਹੁਣ ਅੱਗੇ ਬਾਜਰਾ ਤਾ ਬਾਈ ਉਰੇ ਵਾਹ ਪਈਆਂ ਨਹੀਂ ਹੁੰਦਾ ਨਹੀਂ ਜੜ ਵੱਢ ਹੋਈ ਜਾਂਦੀ ਆ ਬਾਜਰਾ ਹੀ ਚਲੋ ਕਰੋ ਇੱਕ ਢੇਰੀ ਹੈਗੀ ਕਰੀਏ ਰਸਤੇ ਦੇ ਲਾਗ ਨੂੰ ਆਪਾਂ ਨੇ ਗੇਰ ਦੇਣਾ ਉਹ ਖੜਾ ਆਪਣਾ ਉੱਧਰ ਕੱਦੂ ਕਰੇ ਬਾਕੀ ਇਹਨੂੰ ਛੱਡ ਦੇਣਾ ਹੁਣ ਪਾਣੀ ਆਪਾਂ ਨੇ ਮੋਟਰ ਚਲਾ ਲੈਣੀ ਆ ਕੱਠ ਜਾ ਰਹਿੰਦਾ ਤਾਂ ਕੱਢਣੇ ਤੇ ਇੱਧਰ ਥੱਲਾ ਤੇ ਗਾਂਹ ਤੇ ਗਾਂਹ ਪਾਣੀ ਜਾ ਕੇ ਬੰਦ ਕਰ ਦੋ ਬੰਦ ਕਿਆ ਗੱਲ ਹੱਥ ਨਹੀਂ ਲੱਗਦਾ ਫਿਰ ਭੇਤੀ ਰਹਿੰਦਾ ਕਦੇ ਕਦੇ ਅੱਜ ਤਾਂ ਚਲਾਇਆ ਵੀ ਆ ਡੈਡੀ ਸਾਲ 6 ਮਹੀਨੇ ਆਪਾਂ ਰੱਖਿਆ ਵੀ ਆ ਰੱਖਿਆ ਤੇ 2 ਸਾਲ 2 ਸਾਲ ਨੀ ਸਾਲ ਕੇ ਰੱਖਿਆ ਸਾਲ 2 ਸਾਲ 1.5 ਸਾਲ ਤਾਂ ਰੱਖਿਆ ਜੀ ਸਾਲ ਕੇ ਰੱਖਿਆ ਮੈਨੂੰ ਲੱਗਦਾ ਲਿਆਂਦਾ ਤਾਂ ਭਾਸ ਦਿਨ ਮਿਲ ਗਿਆ ਤਾਂ ਵੱਧਦਾ ਮਿਲ ਗਿਆ ਡੈਡੀ ਨੇ ਜਦੇ ਵੇਚਤਾ ਬਾਈ
855 ਹੈ ਡੈਡੀ, ਮੈਂ ਵਾਧਾ ਮਿਲ ਗਿਆ ਚੰਗਾ, 50,000 ਰੁਪਇਆ ਵੱਟ ਲਿਆ ਹੋਣਾ ਡੈਡੀ ਘੱਟੋ ਘੱਟ ਉਹਦੇ ਪਰ ਤੇ ਸਸਤਾ ਭਾਅ ਸਰ ਮਿਲ ਗਿਆ ਤਾਂ ਐਕਸੀਡੈਂਟ ਹੋ ਗਿਆ ਬੰਦੇ ਦਾ, ਉਹਦਾ ਐਕਸੀਡੈਂਟ ਹੋ ਗਿਆ ਤਾਂ ਤੇ ਅਸੀਂ ਉਹਦੀ ਸ਼ੋਅ ਸ਼ੂ ਸਾਰਾ ਕੁਛ ਨਵਾਂ ਰਖਾਇਆ ਬੁੱਲਾਂ, ਪਰ ਉਹ ਟਰਾਲੀ ਪਰ ਚੱਲਿਆ ਹੋਇਆ ਤਾਂ ਟਰਾਲੀ ਪਰ ਤਾਂ ਬੰਦਾ ਤਕੜਾ ਤਾਂ 4-5 ਤਾਂ ਟਰੈਕਟਰ ਤੇ ਟਰੈਕਟਰਾਂ ਦੋ ਜੇਬੀ ਸੀ ਕਿਰਾਏ ਦਾ ਕੰਮ ਕਰਦਾ ਤਾਂ ਉੱਥੇ ਉਹਦਾ ਪਲਟ ਗਿਆ ਤੇ ਉਹ ਦੇ ਕੇ ਏਜੰਸੀ ਜੀ ਨਵਾਂ ਦੇ ਗਏ, ਇਹ ਵਿੱਚ ਕਟਾ ਗਏ ਤੇ ਇਹ ਵਿੱਚ ਕਟਾ ਗਏ ਤੇ ਉਹਦਾ ਮਗਰਾੜ ਮਗਰੂੜ ਅਸੀਂ ਸਾਰਾ ਕੁਛ ਨਵਾਂ ਰਖਾਇਆ ਤਾਂ ਨਾ ਜੀ ਟੈਂਪੂ ਪਰ ਚੜ ਕੇ ਗਏ ਮੈਰ ਸਾਹਿਬ ਜਦ ਲਿਆ ਤਾ ਉਹ ਭੱਠਾ ਸਾਹਿਬ ਤੇ ਲਿਆ ਤਾਂਸੀ ਤੋਂ ਉਹਨਾਂ ਨੂੰ ਕਟਾ ਗਏ ਪਹਿਲਾਂ ਸਾਂਝਾ ਦਾ ਜਾ ਸੀ ਲਿਆ ਤਾ ਬਾਈ, ਉਹਤੇ ਬਾਅਦ ਫਿਰ ਅਲੱਗ ਅਲੱਗ ਲਏ ਤੇ ਆਪਾਂ ਨੇ ਹਨਾ ਡੈਡੀ, ਉਹਤੇ ਬਾਅਦ ਲੱਗ ਗਏ ਅਲੱਗ ਅਲੱਗ 855 ਦੇ ਬਾਅਦ ਅਸੀਂ 60 ਲਿਆਂਦਾ ਤਾ, ਫਿਰ ਸਾਹਿਬ ਜੀ ਉਹਨੇ 45 ਲਿਆਂਦਾ ਤਾ, ਸਾਹਿਬ ਉਹਨੇ 45 ਵੇਚ ਕੇ ਆਹ ਕਢਾਇਆ ਤਾ ਨਵਾਂ 855, ਅਸੀਂ 60 ਰੱਖਿਆ, ਚੌਥਾ ਆ ਗਿਆ ਆਪਣੇ ਕੋਲ ਨਾ ਇਹ ਚੌਥਾ ਆ ਗਿਆ ਬਾ ਗਿਆ, ਇੱਕ ਢੇਰੀ ਰਹਿ ਗਈ ਉਹ ਕਾਨੂੰਨ ਜਾਣਾ ਦੇਖ ਲਾ ਕਾਨੂੰਨ ਲੈ ਕੇ ਜਾ ਕਰ ਲਓ ਧੂਆਂ ਕਰਨੇ ਨੂੰ ਡੰਗਰਾਂ ਨੂੰ, ਹਾਂ ਧੂਏ ਖਾਤਾ ਠੀਕ ਆ, ਉਹ ਜਾਂਦੇ ਫੋਰਮੈਨ, ਇਹ ਮਸ਼ੀਨਾਂ ਦੇ ਫੋਰਮੈਨ ਆ, ਮਸ਼ੀਨਾਂ ਫਿੱਟ ਕਰਦੇ ਆ, ਧੂਆਂ ਕਰਨੇ ਲੋਟ ਆ, ਹਾਂ ਉਹ ਉੱਥੇ ਕਹਾਂ ਗਏ ਉੱਧਰ ਨਹੀਂ, ਇਹ ਆ ਭਾਈ 855 ਦਾ ਕਿੱਸਾ ਅਤੇ 60 ਫੋੜ ਤਾਂ ਬਾਬਾ ਆ 20 ਡੈਡੀ ਨੇ, ਫਿਰ ਫੋੜੇ ਰੱਖਿਆ ਕਹਿੰਦਾ ਨੀਲਾ ਹੀ ਰੱਖਣਾ, ਲਾਲ ਹੱਥ ਨਹੀਂ ਲੱਗਿਆ ਕਹਿੰਦਾ ਨੀਲਾ ਹੀ ਰੱਖਣਾ, ਫਿਰ ਪਿਆਰੀ 36-20 ਵੀ ਲਿਆਂਦਾ ਡੈਡੀ ਉਹਨਾਂ ਵਿੱਚ ਨੂੰ, ਉਹ ਵੀ ਫੋੜੇ 36-20 ਉਹ ਸਾਲ ਕੇ ਰੱਖਿਆ, ਉਹ ਵੀ ਸਾਲ ਕੇ ਰੱਖਿਆ, ਉਹ ਲਿਆਂਦਾ ਜੱਲੇ ਸੋਂਡੇ ਦੇ, ਜੱਲੇ ਸੋਂਡੇ ਲਿਆਏ ਤੇ ਆਪਾਂ ਲੈ ਗਏ ਨਵਾਂ ਸ਼ਹਿਰ ਕਨੀ ਦੇ, ਨਵਾਂ ਸ਼ਹਿਰ ਬਾਰੀ ਭਾਈ ਜਦੋਂ ਬਾਪੂ ਫੇਰ ਭੁੱਲ ਜਾਂਦਾ।